ਪੜੋਗੇ ਨਾ ਉਥੇ ਬਚਨ ਚ ਲਿਖਿਆ ਕਿ ਸਾਡੇ ਧਾਰਮਿਕਤਾ ਦੇ ਕੰਮ ਜਿਹੜੇ ਆ ਉਹ ਗੰਦੇ ਚਿੱਤਰਾਂ ਦੇ ਨਾਲ ਗੰਦੀਆਂ ਲੀਰਾਂ ਦੀ ਤਰ੍ਹਾਂ ਹੈ ਸਭ ਬੇਕਾਰ ਹੈ ਹਾਲੇਲੂਇਆ ਹਾਲੇਲੂਇਆ ਕਦੋਂ ਜਦੋਂ ਅਸੀਂ ਪਾਪ ਦੇ ਵਿੱਚ ਭੇਟਾ ਕਰ ਰਹੇ ਹਾਂ ਪਾਪ ਦੇ ਵਿੱਚ ਅਸੀਂ ਕੁਰਬਾਨੀਆਂ ਗੁਜ਼ਾਰ ਰਹੇ ਹਾਂ ਜਾਂ ਪਾਪ ਦੇ ਵਿੱਚ ਅਸੀਂ ਸਭ ਕੁਝ ਕਰ ਰਹੇ ਹਾਂ ਉਹਦਾ ਕੋਈ ਵੀ ਫਾਇਦਾ ਫਾਇਦਾ ਤਦੇ ਹੀ ਹੈ ਜੇ ਅਸੀਂ ਪ੍ਰਭੂ ਯਿਸੂ ਦੇ ਚਰਨਾਂ ਚ ਆ ਕੇ ਤੇ ਆਪਣੇ ਪਾਪਾਂ ਤੋਂ ਮਾਫੀ ਪਾਣਾ ਹਾਲੇਲੂਇਆ ਹਾਲੇਲੂਇਆ ਕਿ ਪਹਿਲਾ ਪਤਰਸ ਦੁਬਾਰ ਦੇ 24 ਬਚਨ ਚ ਲਿਖਿਆ ਉਹਨੇ ਆਪ ਪ੍ਰਭੂ ਯਿਸੂ ਮਸੀਹ ਨੇ ਆਪ ਸਾਡੇ ਪਾਪਾਂ ਦੇ ਲਈ ਸੂਲੀ ਦੇ ਉੱਤੇ ਸਲੀਬ ਦੇ ਉੱਤੇ ਜਾਨ ਦਿੱਤੀ ਹਾਲੇਲੂਇਆ 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 ਉਹਦੇ ਮਾਰ ਖਾਣ ਤੋਂ ਅਸੀਂ ਸਾਡੇ ਹੀ ਪਾਪਾਂ ਦੇ ਲਈ ਸਾਡੀਆਂ ਹੀ ਬੁਰਾਈਆਂ ਦੇ ਲਈ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਚੜਾਏ ਗਏ ਹਾਲੇਲੂਇਆ ਸਾਡੇ ਸਾਰੇ ਜਗਤ ਦੇ ਪਾਪ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਲੈ ਲਏ ਹਾਲੇਲੂਇਆ 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 ਅੱਜ ਜਿਹੜਾ ਵੀ ਇਸ ਲਈ ਬਚਨ ਜਿਸ ਅਸੀਂ ਪੜ੍ਹੇ ਸੀ 10 ਬਾਬ ਦਾ 43 ਬਚਨ ਕਿ ਜਿਹੜਾ ਸਭ ਨਬੀ ਪ੍ਰਭੂ ਯਿਸੂ ਮਸੀਹ ਦੇ ਉੱਤੇ ਸਾਰੇ ਜਿੰਨੇ ਵੀ ਰੱਬ ਦੇ ਦਾਸ ਲੋਕ ਹੋਏ ਨੇ ਸਭ ਲੋਕ ਪ੍ਰਭੂ ਯਿਸੂ ਮਸੀਹ ਦੇ ਉੱਤੇ ਗਵਾਹੀ ਦਿੰਦੇ ਨੇ ਕਿ ਜਿਹੜਾ ਵੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰੇਗਾ ਉਹ ਆਪਣੇ ਪਾਪਾਂ ਤੋਂ ਮਾਫੀ ਉਹ ਆਪਣੇ ਪਾਪਾਂ ਤੋਂ ਮਾਫੀ ਜੋ ਪਾਪਾਂ ਤੋਂ ਮਾਫੀ ਕਿਹਦੇ ਦੁਆਰਾ ਹੈ ਪ੍ਰਭੂ ਯਿਸੂ ਮਸੀਹ ਹਾਲੇਲੂਇਆ 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 ਇੱਕ ਹੋਰ ਬਚਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਹੈ ਜਿਹੜਾ ਤੁਸੀਂ ਸੁਣਨਾ ਦੇ ਅੰਦਰ 8 ਬਾਅਦ ਦਾ 32 ਬਚਨ ਦੇਖਿਓ 32 ਤੋਂ 34 ਬਚਨ ਦੇਖਣਾ ਜਾਂ 32 ਪੜ੍ਹੀ ਜਾ ਹੋਰ ਆਵਾਜ਼ ਅਤੇ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਯੈਸ ਉਹਨਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਮ ਦੀ ਅੰਸ਼ ਹਾਂਗੇ ਅਤੇ ਅਤੇ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ ਤੂੰ ਕੀ ਕੁਰ ਆਖਦਾ ਹੈ ਜੋ ਤੁਸੀਂ ਤੁਸੀਂ ਆਜ਼ਾਦ ਕੀਤੇ ਜਾਓਗੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਹਰ ਇੱਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ ਹਾਲੇਲੂਇਆ ਬੱਤੀ ਪੜੋ ਦੁਬਾਰਾ ਜੀ ਅਤੇ ਸਚਾਈ ਨੂੰ ਜਾਣੋਗੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਬਚਨ ਕਹਿ ਰਹੇ ਤੇ ਕਿ ਜੇ ਤੁਸੀਂ ਸਚਾਈ ਨੂੰ ਜਾਣੋਗੇ ਜੇ ਤੁਸੀਂ ਬਚਨਾਂ ਨੂੰ ਜਾਣੋਗੇ ਜੇ ਤੁਸੀਂ ਪਰਮੇਸ਼ਰ ਦੇ ਬਚਨਾਂ ਨੂੰ ਸੁਣੋਗੇ ਤੇ ਤੁਹਾਨੂੰ ਪਤਾ ਚੱਲ ਜਾਵੇਗਾ ਜੇ ਤੁਸੀਂ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਕੀ ਕਰ ਦੇਗੀ ਸਚਾਈ ਤੁਹਾਨੂੰ ਕੀ ਕਰੇਗੀ ਸਚਾਈ ਤੁਹਾਨੂੰ ਕੀ ਕਰੇਗੀ ਉਹ ਕੀ ਕਹਿੰਦੇ ਕਹਿੰਦੇ ਕਿ ਅਸੀਂ ਕਿਹਦੀ ਔਲਾਦ ਆ ਅਸੀਂ ਤਾਂ ਅਬਰਾਹਮ ਦੀ ਔਲਾਦ ਆ ਅਸੀਂ ਕਦੀ ਕਿਸੇ ਦੀ ਗੁਲਾਮੀ ਕਦੀ ਕਿਸੇ ਦੀ ਗੁਲਾਮੀ ਹਾਲੇਲੂਇਆ ਮੈਂ ਜ਼ਿਕਰ ਕਰਦਾ ਹੁੰਦਾ ਕਿ ਆਪਾਂ ਵੀ ਹਿੰਦੁਸਤਾਨ ਸਾਡਾ ਕੀ ਹੈ ਆਜ਼ਾਦ ਮੁਲਕ ਆ ਨਾ ਹਾਲੇਲੂਇਆ ਕੀ ਹੈ ਸਾਡਾ ਆਜ਼ਾਦ ਮੁਲਕ ਆ ਤੇ ਅਸੀਂ ਕੀ ਆ ਆਜ਼ਾਦ ਆ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਦੇ ਕਿਸੇ ਦੀ ਗੁਲਾਮੀ ਨਹੀਂ ਕਰ ਰਹੇ ਹਾਲੇਲੂਇਆ 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 ਮੈਂ ਤੁਹਾਡਾ ਧਿਆਨ ਦਿਲਾਣਾ ਅਸੀਂ ਹਿੰਦੁਸਤਾਨ ਦੇ ਆਜ਼ਾਦ ਲੋਕ ਤਾਂ ਜ਼ਰੂਰ ਆ ਹਾਲੇਲੂਇਆ 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 ਪਰ ਪਾਪ ਦੇ ਫੇਰ ਵੀ ਕੀ ਆ ਪਾਪ ਦੇ ਕੀ ਆ ਪਾਪ ਦੇ ਕੀ ਆ ਰਵੀਸ਼ ਮਸੀਹ ਕਹਿ ਰਹੇ ਜੇ ਤੁਸੀਂ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਹਾਲੇਲੂਇਆ 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 ਅਸੀਂ ਕਦੀ ਕਿਸੇ ਦੀ ਗੁਲਾਮੀ ਨਹੀਂ ਕੀਤੀ ਅਸੀਂ ਅਬਰਾਹਮ ਦੀ ਔਲਾਦ ਆ ਚੌਂਤੀ ਵਚਨ ਚ ਕੀ ਪ੍ਰਭੂ ਯਿਸੂ ਕਹਿ ਰਹੇ ਨੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਹਰ ਇੱਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ ਹਾਲੇਲੂਇਆ 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 ਦਾ ਗੁਲਾਮ ਹੈ ਜਿਹੜਾ ਪਾਪ ਕਰਦਾ ਹੈ ਜਿਹੜਾ ਨਸ਼ਾ ਕਰਦਾ ਹੈ ਉਹ ਨਸ਼ੇ ਦਾ ਕੀ ਆ ਜੋ ਪਾਪ ਕਰਦਾ ਹੈ ਪਾਪ ਦਾ ਗੁਲਾਮ ਹੈ ਨੋਟ ਕਰ ਲਿਆ ਫਿਰ ਅਸੀਂ ਕਹਾਂਗੇ ਅਸੀਂ ਕੀ ਹਾਂ ਆਜ਼ਾਦ ਆ ਕਹਿ ਸਕਦੇ ਆਜ਼ਾਦ ਆਜ਼ਾਦ ਉਹ ਹੀ ਕਹਿ ਸਕੇਗਾ ਕਿ ਜਿਹੜਾ ਯਿਸੂ ਮਸੀਹ ਦੇ ਦੁਆਰਾ ਆਜ਼ਾਦ ਹੋ ਗਿਆ ਹੈ ਹਾਲੇਲੂਇਆ ਉਹ ਹੀ ਕਹਿ ਸਕੇਗਾ ਆਜ਼ਾਦ ਕਿ ਜਿਹਨੇ ਜਿਹਦੇ ਪਾਪ ਪ੍ਰਭੂ ਯਿਸੂ ਮਸੀਹ ਨੇ ਮਾਫ
ਕਰ ਦਿੱਤੇ ਨੇ ਉਹੀ ਕਹਿ ਸਕੇਗਾ ਮੈਂ ਆਜ਼ਾਦ ਆ ਜਿਨੇ ਪ੍ਰਭ ਯੇਸ਼ੂ ਮਸੀਹ ਨੂੰ ਕਬੂਲ ਕਰ ਲਿਆ ਏ ਜਿਨੇ ਇਸ ਗੱਲ ਦਾ ਇਕਰਾਰ ਕਰ ਲਿਆ ਏ ਕਿ ਪ੍ਰਭ ਯੇਸ਼ੂ ਮਸੀਹ ਮੇਰੇ ਪਾਪਾਂ ਦੇ ਲਈ ਸਲੀਬ ਦਿੱਤੇ ਗਏ ਹਾਲੇਲੂਇਆ 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 ਜਿਹੜਾ ਮੰਨ ਲੈਂਦਾ ਏ ਕਿ ਮੈਂ ਪਾਪੀ ਇਨਸਾਨ ਆ ਪ੍ਰਭ ਯੇਸ਼ੂ ਮਸੀਹ ਮੇਰੇ ਲਈ ਸੰਸਾਰ ਚ ਆਏ ਮੇਰੇ ਲਈ ਮਾਰੇ ਗਏ ਮੇਰੇ ਲਈ ਦਫਨਾਏ ਗਏ ਉਹ ਮੇਰੇ ਲਈ ਤੀਸਰੇ ਦਿਨ ਮੁਰਦਿਆਂ ਚੋਂ ਜਿੰਦਾ ਹੋਏ ਹਾਲੇਲੂਇਆ 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 ਪ੍ਰਭ ਯੇਸ਼ੂ ਤੇ ਵਿਸ਼ਵਾਸ ਕਰਦਾ ਏ ਪ੍ਰਭ ਯੇਸ਼ੂ ਦੇ ਪਾਪਾਂ ਨੂੰ ਮਾਫ ਔਰ ਪ੍ਰਭ ਯੇਸ਼ੂ ਮਸੀਹ ਉਹਨੂੰ ਇਸ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰ ਦਿੰਦਾ ਏ ਹਾਲੇਲੂਇਆ 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 ਪਾਪ ਕਰਦਾ ਏ ਪਾਪ ਦਾ ਗੁਲਾਮ ਹੈ ਜੋ ਪਾਪ ਕਰਦਾ ਪਾਪ ਦਾ ਗੁਲਾਮ ਯੇਸ਼ੂ 32 ਵਚਨ ਚ ਜ਼ਿਕਰ ਕਰ ਰਹੇ ਸੀਗੇ ਕਿ ਜੇ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ ਸੱਚਾਈ ਕੌਣ ਹੈ ਸੱਚਾਈ ਕੌਣ ਹੈ ਹਾਲੇਲੂਇਆ ਦੇਖੇ ਪਰਮੇਸ਼ਰ ਦੀ ਪਵਿੱਤਰ ਵਿੱਚ ਤੁਹਾਨੂੰ ਪਤਾ ਚੱਲੇਗਾ ਸੱਚਾਈ ਕੌਣ ਹੈ 14 ਆਪਦਾ 6 ਬੱਚੇ ਦੇਖੇ ਜੋ ਨਾ ਦੇਖੇ ਮੈਂ ਆਪਣੇ ਪੁਆਇੰਟ ਤੋਂ ਧਿਆਨ ਜਾਣਾ ਹੈ ਪੜੀ 14 6 ਯੇਸ਼ੂ ਨੇ ਉਹਨੂੰ ਆਖਿਆ ਰਾਹ ਸੱਚਾਈ ਤੇ ਜੀਵਨ ਮੈਂ ਹਾਂ